ਦੋਸਤੋ ਸਾਰਾ ਸਵਾਗਤ ਮੈਂ ਚੱਲ ਉੱਤੇ ਬਾਕੀ ਅੱਛਾ ਆਪਾਂ ਖੜ੍ਹੇ ਪਟਿਆਲਾ ਸਟੇਸ਼ਨ 'ਤੇ ਜਿਹੜਾ ਇੱਧਰਲਾ ਸਾਈਡ ਹੈਗਾ ਇੱਧਰ ਆਪਾਂ ਬਾਕੀ ਤੁਹਾਨੂੰ ਅਪਡੇਟ ਦੇ ਦਈਏ ਥੋੜ੍ਹੀ ਜਿਹੀ ਸਾਹਮਣੇ ਸਟੇਸ਼ਨ ਦਾ ਕੰਮ ਵੀ ਚੱਲ ਰਿਹਾ ਉੱਧਰ ਉਹ ਲੱਗਿਆ ਬਾਕੀ ਆ ਇਲੈਕਟ੍ਰੀਫਿਕੇਸ਼ਨ ਦਾ ਕੰਮ ਵੀ ਹੁਣ ਜ਼ੋਰਾਂ ਸ਼ੋਰਾਂ 'ਤੇ ਹੈ ਜਿਹੜਾ ਆਹ ਵਾਲੇ ਸਾਈਡ 'ਤੇ ਵੀ ਇਹ ਖੰਭਾ ਲੱਗ ਗਿਆ ਅਤੇ ਇਲੈਕਟ੍ਰੀਫਾਈਡ ਹੋ ਰਿਹਾ ਦੇਖ ਸਕਦੇ ਹੋ ਆਹ ਸਾਰਾ ਇੱਥੇ ਕੰਮ ਚੱਲ ਰਿਹਾ ਅਤੇ ਇਹ ਇੱਧਰ ਦੀ ਅਪਡੇਟ ਆ ਤੁਹਾਨੂੰ ਅੱਗੇ ਵੀ ਦੇ ਦਾਂਗੇ ਜਿਹੜਾ ਪੋਲ ਜਿਹੜੇ ਹੋ ਰਹੇ ਸੀ ਨਾ ਉਹਨੂੰ ਹੁਣ ਇਲੈਕਟ੍ਰੀਫਾਈਡ ਕਰ ਰਹੇ ਰੇਲਵੇ ਦੇਖ ਸਕਦੇ ਹੋ ਇਹ ਸਾਰਾ ਹੁਣ ਪਹਿਲਾਂ ਇਲੈਕਟ੍ਰੀਫਾਈਡ ਨਹੀਂ ਸੀਗਾ ਨਾ ਹੁਣ ਕਰ ਰਹੇ ਬਾਕੀ ਜਿਹੜਾ ਐੱਫ ਓ ਵੀ ਹੈ ਉਹ ਵੀ ਡਿਸਮੈਂਟਲੀ ਦਾ ਕੰਮ ਚੱਲ ਰਿਹਾ ਬਾਕੀ ਆ ਇੱਥੇ ਲੱਗੇ ਵੀ ਹੋਏ ਤਾਰਾਂ ਦਾ ਕੰਮ ਵੀ ਚੱਲ ਰਿਹਾ ਦੇਖ ਸਕਦੇ ਸਾਹਮਣੇ ਉਸ ਦੇਖ ਸਕਦੇ ਹੋ ਇਲੈਕਟ੍ਰੀਸ਼ਨ ਦਾ ਕੰਮ ਚੱਲ ਰਿਹਾ ਵਾਇਰਿੰਗ ਪੈਣੀ ਆ ਹੁਣ ਇੱਥੇ ਸਾਹਮਣੇ ਲੇਬਰ ਲੱਗੀ ਵੀ ਹੋਈ ਹੈ ਦੇਖ ਸਕਦੇ ਹੋ ਸੋ ਸਾਹਮਣੇ ਜਿਹੜਾ ਆਪਣਾ ਐੱਫ ਓ ਵੀ ਟੁੱਟ ਰਿਹਾ ਦੇਖ ਸਕਦੇ ਹੋ ਪੁਰਾਣਾ ਐੱਫ ਓ ਵੀ ਸੀਗਾ ਇਹ ਜਿਹੜਾ ਕਿ ਹੁਣ ਡਿਸਮੈਂਟਲ ਹੋ ਰਿਹਾ ਅਤੇ ਇੱਥੇ ਹੋਰ ਵੀ ਕੰਮ ਚੱਲ ਰਿਹਾ ਮੈਨੂੰ ਲੱਗਦਾ ਪੋਲ ਆ ਰਿਹਾ ਉੱਥੇ ਇੱਕ ਪੋਲ ਵਾਸਤੇ ਜਿਹੜਾ ਆਪਾਂ ਕਰਦੇ ਨਾ ਉਹ ਲਿਆ ਰਹੇ ਸਾਰਾ ਕਰ ਰਹੇ ਅਤੇ ਆਹ ਇਹ ਦੇਖ ਸਕਦੇ ਪਲੈਟਫਾਰਮ ਸਾਰਾ ਤੋੜ ਦਿੱਤਾ ਇਲੈਕਟ੍ਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਇੱਥੇ ਆਹ ਦੇਖ ਸਕਦੇ ਹੋ ਤਾਰਾਂ ਆ ਗਈ ਹੈ ਇੱਥੇ ਹੁਣ ਲਾਏ ਜਿਹੜੇ ਸਾਰੇ ਖੰਭੇ ਹੈ ਨਵਾਂ ਲਾਇਆ ਜਿਹੜਾ ਆਇਆ ਤੁਸੀਂ ਦੇਖ ਸਕਦੇ ਇੱਧਰ ਵਾਲਾ ਅਤੇ ਬੇਸੀ ਮੈਨੂੰ ਲੱਗਦਾ ਇਹ ਤਾਂ ਪੁਰਾਣੇ ਸੀਗਾ ਵਾਲਾ ਖੰਭਾ ਤਾਂ ਨਵਾਂ ਨਹੀਂ ਲਾਇਆ ਪਰ ਜਿਹੜਾ ਆਹ ਨਵੇਂ ਲਾਏ ਹੁਣ ਇਹ ਵਾਲੇ ਇਹ ਲੱਗੇ ਨਹੀਂ ਸੀ ਨਾ ਪਹਿਲਾਂ ਸਿਰਫ ਪਹਿਲਾਂ ਦੋ ਹੀ ਲੱਗੇ ਹੋਏ ਸੀਗੇ ਅਤੇ ਹੁਣ ਆਹ ਨਵੇਂ ਆ ਲਾਏ ਆ ਇਹਨਾਂ ਨੇ ਅਤੇ ਅੱਗੇ ਵੀ ਕੰਮ ਪੂਰਾ ਚੱਲ ਰਿਹਾ ਇੱਥੇ ਪਲੈਟਫਾਰਮ ਡਿਸਮੈਂਟਲ ਪੂਰਾ ਹੋ ਚੁੱਕਿਆ ਦੇਖ ਸਕਦੇ ਬਸ ਇੰਨਾ ਹਿੱਸਾ ਰਹਿ ਗਿਆ ਅਤੇ ਐੱਫ ਓ ਵੀ ਰਹਿ ਗਿਆ ਉਹਨੂੰ ਵੀ ਡਿਸਮੈਂਟਲ ਛੇਤੀ ਹੋ ਜੂਗਾ ਅਤੇ ਉੱਥੇ ਵੀ ਫਿਰ ਕੰਮ ਸ਼ੁਰੂ ਹੋ ਜੂਗਾ ਅਤੇ ਪਲੈਟਫਾਰਮ ਤਾਂ ਉੱਥੋਂ ਸਟਾਰਟ ਹੋਊਗਾ ਅੱਗੇ ਜਾ ਕੇ ਇਹ ਅਪਡੇਟ ਇੱਥੇ ਦੀ ਪਟਿਆਲਾ ਸਟੇਸ਼ਨ ਦੀ ਅਪਡੇਟ ਹੈ ਇਹ ਸੋ ਹੁਣ ਆਪਾਂ ਥੋੜ੍ਹਾ ਅੱਗੇ ਆ ਗਏ ਹੈ ਅਤੇ ਇੱਥੇ ਵੀ ਪੂਰਾ ਸਪੀਡ 'ਤੇ ਕੰਮ ਚੱਲ ਰਿਹਾ ਅਤੇ ਤੁਹਾਨੂੰ ਮੈਂ ਦੱਸਦਾ ਜਿਹੜਾ ਪਲੈਟਫਾਰਮ ਹੈ ਉਹ ਇੱਥੋਂ ਸਟਾਰਟ ਹੋਊਗਾ ਅਤੇ ਫਿਰ ਇੱਥੋਂ ਜਾਂਦਾ ਜਾਂਦਾ ਅੱਗੇ ਤਾਂ ਜਾਊਗਾ ਅਤੇ ਇੱਥੇ ਪੋਲ ਦਾ ਕੰਮ ਚੱਲ ਰਿਹਾ ਅੱਗੇ ਉਹ ਲਾਉਣਾ ਸ਼ੁਰੂ ਹੋਇਆ ਸੋ ਹੁਣ ਆਪਾਂ ਇੱਥੇ ਖੜ੍ਹੇ ਹਾਂ ਪਟਿਆਲਾ ਇੱਥੋਂ ਪਲੈਟਫਾਰਮ ਇੱਥੋਂ ਖੜ੍ਹੇ ਦਾ ਸਾਹਮਣੇ ਬਿਲਡਿੰਗ ਹੈ ਅਤੇ ਉੱਥੋਂ ਪਲੈਟਫਾਰਮ ਸ਼ੁਰੂ ਹੋ ਕੇ ਉੱਥੋਂ ਹੀ ਹੋਣਾ ਪਲੈਟਫਾਰਮ ਸ਼ੁਰੂ ਇੱਥੋਂ ਜਿਹੜੀ ਕੈਂਟੀਨ ਹੈ ਨਾ ਬਸ ਸਮਝ ਇੱਥੋਂ ਸ਼ੁਰੂ ਹੋਣਾ ਕੈਂਟੀਨ ਦਾ ਪਲੈਟਫਾਰਮ ਸਟਾਰਟ ਹੋਊਗਾ ਅਤੇ ਜਿਹੜਾ ਪਲੈਟਫਾਰਮ ਨੰਬਰ 3 ਦਾ ਜਿਹੜਾ ਹੈਗਾ ਇੱਥੇ ਤੱਕ ਕੰਮ ਚੱਲ ਰਿਹਾ ਉਹ ਅੱਗੇ ਕੱਢੂਗਾ ਬਾਕੀ ਅੱਗੇ ਦੇਖ ਸਕਦੇ ਹੋ ਉਹ ਓਐੱਚਈ ਦਾ ਕੰਮ ਚੱਲ ਰਿਹਾ ਪੋਲ ਲੱਗ ਰਿਹਾ ਉੱਥੇ ਅੱਗੇ ਤੁਹਾਨੂੰ ਦਿਖਾਉਂਦਾ ਬਾਕੀ ਇੱਥੇ ਪੋਲ ਲੱਗੂਗਾ ਦੇਖ ਸਕਦੇ ਹੋ ਇਹ ਇੱਥੇ ਦੀ ਅਪਡੇਟ ਹੈ ਪਟਿਆਲੇ ਦੀ ਪਲੈਟਫਾਰਮ 2-3 ਇੱਥੇ ਆ ਬੇਸ ਪੈ ਰਿਹਾ ਇਹਦਾ ਫਿਰ ਇੱਥੇ ਪਊਗਾ ਇਹ ਉੱਤੇ ਪਲੈਟਫਾਰਮ ਪੈ ਜੂਗਾ ਦੋਸਤੋ ਇੱਥੇ ਜਿਹੜਾ ਸੀਗਾ ਨਾ ਰੋਡ ਬਣੀ ਹੋਈ ਸੀਗੀ ਉਹ ਤੋੜ ਦਿੱਤੀ ਹੈ ਹੁਣ ਇਹਦੇ ਟਰੈਕ ਆਉਣਗੇ ਮਿੱਟੀ ਮੁੱਟੀ ਪਾ ਕੇ ਜਿੱਦਾਂ ਰੇਲਵੇ ਤੋਂ ਪਤਾ ਕਰਦੀ ਹੁੰਦੀ ਹੈ ਫਿਰ ਆਉਣਗੇ ਅਤੇ ਆਹ ਇੱਥੇ ਵਧੀਆ ਅਪਡੇਟ ਹੈ